ਪੰਜਾਬੀ ਭਾਸ਼ਾ ਲਈ ਹਰ ਪੰਜਾਬੀ ਦਾ ਪਿਆਰ ਬੇਮਿਸਾਲ ਹੈ ਅਤੇ ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਹੋਏ ਸਰਕਾਰੀ ਇਮਾਰਤਾਂ ਅਤੇ ਵਿਭਾਗਾਂ ਦੇ ਸਾਈਨ ਬੋਰਡਾਂ 'ਤੇ ਬਲਜੀਤ ਸਿੰਘ ਖਾਲਸਾ ਨੇ ਕਾਲੀ ਸਿਆਹੀ ਫੇਰੀ ਸੀ ਤਾਂ ਜੋ ਮਾਂ ਬੋਲੀ ਦੀ ਹੋਂਦ ਨੂੰ ਹੋਰ ਉਭਾਰਿਆ ਜਾ ਸਕੇ ਅਤੇ ਕਾਲੀ ਸਿਆਹੀ ਫੇਰਨ ਦੇ ਦੋਸ਼ ਹੇਠ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਬਲਜੀਤ ਸਿੰਘ ਖਾਲਸਾ ਨੂੰ 3 ਮਹੀਨੇ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਹੋਰ ਤੇ ਹੋਰ ਜੇ ਬਲਜੀਤ ਸਿੰਘ ਖਾਲਸਾ ਸਮੇਂ ਸਿਰ ਜੁਰਮਾਨਾ ਨਹੀਂ ਅਦਾ ਕਰਾਉਂਦਾ ਤਾਂ ਉਸਦੀ ਸਜ਼ਾ ਵਿੱਚ 4 ਹਫ਼ਤੇ ਵਾਧਾ ਕਰਨ ਤੱਕ ਦਾ ਐਲਾਨ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਖਾਲਸਾ ਕਈ ਵਾਰ ਸ਼ਹਿਰ ਵਿੱਚ ਕਾਲੀ ਸਿਆਹੀ ਪਹੁੰਚਣ ਲਈ ਗ੍ਰਿਫਤਾਰ ਹੋਇਆ ਸੀ ਅਤੇ ਉਸਦੀ ਮਦਦ ਲਈ ਕਈ ਜਥੇਬੰਦੀਆਂ ਕੰਮ ਕਰਦੀਆਂ ਰਹੀਆਂ। ਇਹ ਕੇਸ ਸੈਕਟਰ 17 ਦੀ ਪੁਲਿਸ ਚੌਕੀ ਵਿੱਚ 16 ਅਗਸਤ 2017 ਨੂੰ ਇਨਕਮ ਟੈਕਸ ਭਵਨ 'ਚ ਲਿਖੇ ਹਿੰਦੀ ਦੇ ਬੋਰਡਾਂ 'ਤੇ ਕਾਲੀ ਸਿਆਹੀ ਫੇਰਨ ਦੇ ਦੋਸ਼ ਹੇਠ ਦਰਜ ਹੋਇਆ ਸੀ ਅਤੇ ਇਸੇ ਦੇ ਚੱਲਦਿਆਂ ਪੁਲਿਸ ਦੇ ਇੱਕ ਸਿਪਾਹੀ ਨੇ ਗਵਾਹੀ ਵੀ ਦਿੱਤੀ ਸੀ। ਬਲਜੀਤ ਸਿੰਘ ਖਾਲਸਾ ਨੇ ਕਾਨੂੰਨ ਜ਼ਰੂਰ ਤੋੜਿਆ ਪਰ ਉਹਨਾਂ ਦੀ ਇਸ ਕੋਸ਼ਿਸ਼ ਸਦਕਾ ਹੀ ਅੱਜ ਪੰਜਾਬ ਦੇ ਕੌਮੀ ਰਾਜਮਾਰਗਾਂ 'ਤੇ ਪੰਜਾਬੀ ਸਾਈਨ ਬੋਰਡ ਦੇਖਣ ਨੂੰ ਮਿਲਦੇ ਹਨ। ਸੋਚਣ ਦੀ ਲੋੜ ਹੈ ਕਿ ਕੀ ਕਿਸੇ ਹੋਰ ਤਰੀਕੇ ਨਾਲ ਸਰਕਾਰ ਤੱਕ ਇਹ ਆਵਾਜ਼ ਪਹੁੰਚਾਈ ਜਾ ਸਕਦੀ ਸੀ, ਕਿਉਂਕਿ ਕਾਨੂੰਨੀ ਦਾਇਰੇ 'ਚ ਰਹਿ ਕੇ ਤਾਂ ਪੰਡਿਤ ਰਾਓ ਵੀ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਲਈ ਬੇਸ਼ੱਕ ਅੱਜ ਬਲਜੀਤ ਸਿੰਘ ਖਾਲਸਾ ਨੂੰ ਇਹ ਸਜ਼ਾ ਸਹਾਰਨੀ ਪੈ ਰਹੀ ਹੈ ਪਰ ਇਹਨਾਂ ਦੀ ਹੀ ਕੋਸ਼ਿਸ਼ ਸਦਕਾ ਅੱਜ ਪੰਜਾਬੀ ਮਾਂ ਬੋਲੀ ਨੂੰ ਬਣਦੀ ਤਰਜੀਹ ਦਿੱਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV।